ਤੇਰੇ ਕੋਲ ਜਿਹੜਾ ਵੀ ਕਲਾਇੰਟ ਦੇਖੋ ਜੁੜਿਆ ਮੈਥੋਂ ਗੱਡੀ ਲੈ ਜਾਣ ਤੋਂ ਬਾਅਦ ਵੀ ਮੈਂ ਕਸਟਮਰ ਨਾਲ ਨਹੀਂ ਪੁੱਜਿਆ ਜੀ ਕਸਟਮਰ ਨੂੰ ਇਸ ਗੱਲ ਦਾ ਫੇਥ ਹੈ ਮੇਰੇ ਤੇ ਵੀ ਕ੍ਰਿਸ਼ਨਾ ਮੋਟਰ ਜੇ ਗੱਡੀ ਜਾ ਰਹੀ ਹੈ ਕਿ ਕੋਈ ਦੂਰੀ ਵੱਡੀ ਦਿੱਕਤ ਆਉਂਦੀ ਹੈ ਤਾਂ ਸਾਥ ਦਿੰਦੇ ਆ ਅਸੀਂ ਠੀਕ ਨੰਬਰ ਵੀ ਸਾਰੇ ਨੇ ਠੀਕ ਹੈ ਜਿਹੜੀ ਕ੍ਰਿਟਾ ਚਲਾ ਲਈ ਜੀ ਮੋਹ ਮੁੜ ਕੇ ਕ੍ਰਿਟਾ ਦਾ ਜਵਾਨਾ ਜੀ ਫੈਲ ਲੋ ਜੀ ਆ ਗਈ ਇਹ ਲੈਜੈਂਡਰ ਜਾ ਜੀ ਲੈਜੈਂਡਰ ਲੈਜੈਂਡਰ ਨਵੇਂ ਮਾਡਲ ਆ ਲਈ ਜੀ ਟੈਪ 3 ਜੀ ਜਿਵੇਂ ਕੋਈ ਟੈਸਟ ਡਰਾਈਵ ਲੈ ਲਈ ਉਹ ਗੱਡੀ ਕਹੂਗਾ ਵੀ ਬਸ ਲੈ ਕੇ ਇਹ ਜਾਣੀ ਗੱਡੀ ਹੋਰ ਕੋਈ ਲੈਣੀ ਨਹੀਂ ਠੀਕ ਹੈ ਜੀ ਇੰਨਾ ਕੰਫੀਡੈਂਸ ਹੈ ਇਸ ਗੱਡੀ ਲੋ ਜੀ ਦੁਕਾਨਦਾਰੀ ਦਾ ਤਰੀਕਾ ਜੀ ਜੋ ਮੇਰੇ ਮਾਪੇ ਨੇ ਮੈਨੂੰ ਸਿਖਾਇਆ ਹੋਇਆ ਹੈ ਵੀ ਕਸਟਮਰ ਸੈਟੀਸਫਾਈਡ ਹੋਣਾ ਬਹੁਤ ਜ਼ਰੂਰੀ ਹੈ हाँ जी भाई जी सत श्री अकाल जी की हाल चाल उम्मीद है सारे ठीक होवोंगे अज आप खड़े कृष्णा मोटर पातना शहर के बई जी अज अपने नाल ने गलबात करांगे इन्हां नाल ते किहड़े किहड़े कारां जिहड़ी अज आपां नूं दिखाणगे भाई जी सत श्री अकाल जी ठीक ठाक वीर स्वागत है वीर अपने चैनल उत्ते ते भाई जी ਕਿਵੇਂ ਅਜਿਹੇ ਸਟਾਕ ਦੇ ਵਿੱਚ ਕਿਹੜੇ ਕਿਹੜੇ ਕਰ ਰਹਿਣੀਆਂ ਜੀ ਸਟਾਕ ਦਾ ਹਾਲੋ ਸਾਰੀ ਸਾਰਾ ਸਿਸਟਮ ਸਾਰੀ ਮਿਕਸ ਹੈ ਕਮਾਂਡ ਮਿਕਸ ਹੈ ਗਿਆ ਤੇ ਲੋਨ ਵਗੈਰਾ ਜੀ ਲੋਨ ਦੀ ਇਸ ਵਾਰ ਰਫਜ ਦੇ ਨਾਲ ਬੈਂਕਾਂ ਦਾ ਲੋਨ ਮਿਲਣ ਲੱਗਿਆ ਆਪਣੇ ਕੋਲ ਅੱਛਾ ਜੀ ਤੇ ਐਸਕੇ ਫਾਈਨਾਂਸ ਏਯੂ ਫਾਈਨਾਂਸ ਵੱਲੋਂ ਲੋਨ ਮਿਲਾ ਆਇਆ ਹੋਇਆ ਜੀ ਠੀਕ ਇਹਦੇ ਵਿੱਚ ਕੀ ਫਾਇਦਾ ਰਹੂਗਾ ਜੀ ਆਪਣੇ ਨੂੰ ਜਿਵੇਂ ਇੱਕਦਮ ਕਸਟਮਰ ਨੂੰ ਵਿਆਜ ਘੱਟ ਮਿਲਦਾ ਜੀ ਅੱਛਾ ਜੀ ਲੋਨ ਮਿਲੇ ਚ ਇੱਕ ਇਹਦੇ ਚ ਕੁਝ ਜਿਵੇਂ ਪ੍ਰਾਈਸ ਹੁੰਦੇ ਆ ਕੰਪਨੀ ਵੱਲੋਂ ਹੁੰਦੇ ਆ ਜਿਵੇਂ ਸਵਾਟ ਵਾਚ ਹੈ ਹੋਮ ਥੀਏਟਰ ਹੈ ਸਾਊਂਡ ਬਾਰ ਹੈ ਇਹ ਸਭ ਬੈਂਕ ਆਪਣੇ ਵੱਲੋਂ ਦੇ ਰਿਹਾ ਜੀ ਓਕੇ ਜੀ ਜਿਹੜਾ ਲੋਨ ਕਰਵਾਊਗਾ ਜੀ ਲੱਗਦਾ ਬੰਦਾ ਗੱਡੀ ਲੈ ਕੇ ਜਾਂਦਾ ਉਸ ਨੂੰ ਲੋਨ ਥੋੜਾ ਵੱਧ ਕਰ ਰਹੇ ਨੇ ਪਲੱਸ ਲੋਨ ਦੀ ਫੈਸਿਲਿਟੀ ਮਿਲ ਰਹੀਆਂ ਦੇਖੋ ਸਾਰੇ ਤਰ੍ਹਾਂ ਠੀਕ ਹੈ ਮਤਲਬ ਇਹ ਦੀਵਾਲੀ ਆਫਰ ਹੀ ਹੈ ਗੱਲਾਂ ਇਹ ਦੀਵਾਲੀ ਆਫਰ ਬੈਂਕ ਵੱਲੋਂ ਹੈ ਜੀ ਸਾਡੇ ਕੋਲੋਂ ਨਹੀਂ ਹੈਗਾ ਠੀਕ ਹੈ ਤੁਸੀਂ ਸਾਡੇ ਵੱਲੋਂ ਤਾਂ ਦੇਖੋ ਐਕਸਟਰਾ ਡਿਸਕਾਊਂਟ ਦਾ ਵੱਖਰਾ ਵੀ ਇਹ ਪਲੱਸ ਮੋਲ ਕੀ ਪੁਆਇੰਟ ਹੈ ਐਸਕੇ ਵੱਲੋਂ ਤੇ ਏਯੂ ਬੈਨਾਸ ਵੱਲੋਂ ਦੋਨਾਂ ਵੱਲੋਂ ਵੀ ਪਲੱਸ ਪੁਆਇੰਟ ਹੈ ਲੋ ਜੀ ਦੋ ਦੋ ਡਿਸਕਾਊਂਟ ਠੀਕ ਹੈ ਜੀ ਇਹ ਨੇ ਤੇ ਬਾਕੀ ਬਾਈ ਹੋਰਾਂ ਤੋਂ ਵੀ ਕੋਈ ਨਾ ਕੋਈ ਡਿਸਕਾਊਂਟ ਲਵਾਂਗੇ ਆਪਾਂ ਆਪਣੇ ਵਾਸਤੇ ਨਹੀਂ ਮੈਂ ਤਾਂ ਵੈਸੇ ਵੀ ਬ੍ਰਦਰ ਹਰਜੋ ਕਿ ਕਹਿੰਦਾ ਨਾ ਬੰਦਾ ਚੈਨਲ ਦੇਖ ਕੇ ਆਉਂਦਾ ਉਹਨੂੰ ਐਕਸਟਰਾ ਡਿਸਕਾਊਂਟ ਦਿੰਦੇ ਨਾ ਉਹਦੀ ਰਿਸਪੈਕਟ ਵੀ ਕਰਦਾ ਕਿ ਐਕਸਟਰਾ ਡਿਸਕਾਊਂਟ ਮਿਲਦਾ ਠੀਕ ਹੈ ਵੀਰੇ ਤੇ ਬਾਈ ਜੀ ਆਪਾਂ ਗੱਲਬਾਤ ਕਰੀਏ ਹੁਣ ਪਹਿਲੀ ਕਾਰ ਦੀ ਜੀ ਕੀ ਰੇਟੇਲ ਹੈ ਸਰ ਇਹ ਕਿ ਬ੍ਰੇਜ਼ਾ ਜੀ ਕੀ ਰੇਟੇਲ ਹੈ ਜੀ ਇਹ ਸਰ ਵੈਸੇ ਤਾਂ ਕਸਟਮਰ ਜਿੰਨਾ ਮਰਜ਼ੀ ਲਾ ਲਓ ਉਹ ਰੇਟ ਮਾਰਕੀਟ ਰੇਟ ਬਹੁਤ ਹੈ 620000 ਰੁਪਏ ਦਾ ਐਨਓਸੀ ਹੈ ਜੀ 620000 ਰੁਪਏ ਦਾ ਐਨਓਸੀ ਕਿਹੜਾ ਮਾਡਲ ਹੈ 2016 ਵੀਡੀ ਪਲੱਸ ਜੀ 16 ਮਾਡਲ ਵੀਡੀ ਪਲੱਸ ਕੰਡੀਸ਼ਨ ਪੂਰੀ ਏ ਬਹੁਤ ਅੱਛੇ ਏ ਬਨੇ ਜੀ ਇੱਕਦਮ ਵੀ ਦੇ ਉੱਪਰ ਜਿਵੇਂ ਸਕ੍ਰੈਚਿੰਗ ਮੈਂ ਹਮੇਸ਼ਾ ਕਹਿੰਦਾ ਵੀ ਸਕ੍ਰੈਚਿੰਗ ਟੱਚਿੰਗ ਹੋ ਸਕਦੀ ਹੈ ਐਕਸੀਡੈਂਟ ਦੀ ਘਰ ਵਾਪਸੀ ਹੈ ਗੋਡੇ ਪਿੱਲਰ ਦੀ ਘਰ ਵਾਪਸੀ ਹੈ ਗੱਡੀ ਓਕੇ ਜੀ ਓਕੇ ਲੋ ਜੀ ਇਹ ਕਾਰ ਆ ਠੀਕ ਹੈ ਤੁਸੀਂ ਪਰਚੇ ਇਹ ਐਨਓਸੀ ਨਾਲ ਰੇਟ ਵੀਰੇ ਸਰ ਐਨਓਸੀ ਨਾਲ ਠੀਕ ਹੈ ਜੀ ਇਹ ਹੈ ਕਿ 2012 ਮਾਡਲ ਆਟੋ ਇਹ ਮੈਨੂਅਲ ਹੈਗੀ ਹੈ ਜੀ 4x4 ਠੀਕ ਹੈ ਜੀ ਬਲਕਿ ਬ੍ਰਾਂਡ ਨਿਊ ਜਿਹਨੂੰ ਬੋਲਦੇ ਆ ਬ੍ਰਾਂਡ ਨਿਊ ਗੱਡੀ ਹੈ ਜੀ ਫੋਰਚੂਨਰ ਟੈਪ 2 ਮਾਡਲ ਕਿੰਨਾ ਸੀਗਾ 2012 ਜੀ 12 ਜੀ ਤੇ ਕੀ ਰੇਟ ਰਹੂਗਾ ਵੀਰੇ ਇਹ ਸਰ ਇਹ ਰੇਟ ਹੈਗੇ 11 ਲੱਖ ਰੁਪਏ ਵੀ ਦਾ ਐਨਓਸੀ ਜੀ ਠੀਕ ਹੈ ਫਸਟ ਓਨਰ ਕਾਰ ਵੀ ਇਹ ਫਸਟ ਓਨਰ ਕਾਰ ਹੈ ਜੀ ਇਹਦੇ ਨਾਲ ਦੀ ਮੇਰੇ ਕੋਲ 10 ਲੱਖ ਦੀ ਪੰਜਾਬ ਨੰਬਰ ਵੀ ਖੜੀ ਹੈ ਅੱਛਾ ਜੀ ਉਹ ਥੋੜੀ ਕੰਡੀਸ਼ਨ ਦੇ ਮੁਤਾਬਿਕ ਰੇਟ ਹੈ ਜੀ ਇਹ ਮਤਲਬ ਕਿ ਟਾਪ ਕਲਾਸ ਜਿਹਨੂੰ ਬੋਲਦੇ ਆ ਉਸ ਤੋਂ ਬਾਅਦ ਆ ਗਿਆ ਇਹ 2011 ਮਾਡਲ ਜੀ 11 ਮਾਡਲ ਇਹ ਪੁਰਾਣੀ ਸ਼ੇਪ ਚ ਹੈ ਇਹ ਟੈਪ 1 ਆ ਗਈ ਜੀ ਠੀਕ ਹੈ 4x4 ਟਾਪ ਮਾਡਲ ਹੈ ਜੀ 7.5 ਲੱਖ ਦੀ ਵਿਦ ਐਨਓਸੀ ਹੈ ਜੀ 7.5 ਲੱਖ ਦੀ ਵਿਦ ਐਨਓਸੀ 2011 ਮਾਡਲ ਲੋ ਜੀ 11 ਮਾਡਲ ਹੈ ਜਿਹੜਾ ਬਾਈ ਮਿੱਤਰ ਕਹਿੰਦਾ ਬਾਈ ਜੀ ਕੋਈ ਘੱਟ ਬਜਟ ਤੇ ਲੈਣੀ ਹੈਗੀ ਠੀਕ ਹੈ ਜੀ ਇਹ ਕਾਰ ਹੈਗੀ ਲਗਜ਼ਰੀ ਵਾਂਗੂ ਜੀ ਕਹਿੰਦਾ ਲਗਜ਼ਰੀ ਗੱਡੀ ਹੈ ਫੋਰਚੂਨਰ ਵਿੱਚ 50 ਲੱਖ ਦੀ ਗੱਡੀ ਹੈ ਸਿਰ 7.5-8 ਲੱਖ ਜੀ ਨੇ ਲੈਣਾ ਜੀ ਤੇ 10 ਸਾਲ ਚਲਾਓ 15 ਸਾਲ ਚਲਾਓ ਕੋਈ ਮਤਲਬ ਕਿ ਕਿਸੇ ਗੱਲ ਦੀ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਬਾਕੀ ਜਦੋਂ ਵੀ ਕਈ ਵਾਰ ਆਏ ਜੀ ਕਿਸੇ ਨੇ ਅਪਲਿਫਟ ਕਰਵਾਉਣੀ ਤੇ ਅਪਲਿਫਟ ਵੀ ਕਰਵਾ ਸਕਦੇ ਹੋ ਵਧੀਆ ਹੈਗੀ ਕਾਰ ਹਾਂਜੀ ਮੈਂ ਬਹੁਤ ਮਿੱਤਰ ਇਹਦਾ ਵੀ ਅਪਲਿਫਟ ਕਰਾ ਕੇ ਚਲਾਉਂਦੇ ਨੇ ਸਰ ਇਹ 2014 ਮਾਡਲ ਆਟੋ ਜੀ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਹੈ ਆਟੋ ਗੇਅਰ ਚ ਹੈਗੀ ਇਹ 2014 ਮਾਡਲ ਵੀ ਬਹੁਤ ਲਗਜ਼ਰੀ ਤੇ ਬਹੁਤ ਉੱਚ ਕੰਡੀਸ਼ਨ ਚ ਗੱਡੀ ਹੈ ਇਹ 13 ਲੱਖ ਰੁਪਏ ਵੀ ਦਾ ਐਨਓਸੀ ਹੈ ਜੀ 13 ਲੱਖ ਵੀ ਦਾ ਐਨਓਸੀ ਓਨਰ ਫਸਟ ਹੀ ਰਹੂਗਾ ਫਸਟ ਓਨਰ ਹੈ ਜੀ ਠੀਕ ਹੈ ਜੀ ਬਾਕੀ ਗੱਲਬਾਤ ਕਰੀਏ ਸਾਰੀਆਂ ਕਾਰਾਂ ਦੇ ਟਾਇਰਾਂ ਵਗੈਰਾ ਹੋਰ ਸਰ ਮਤਲਬ ਕਿ ਤਕਰੀਬਨ ਜੀ ਕੋਈ ਸ਼ਿਕਾਇਤ ਵਾਲਾ ਕੰਮ ਤਾਂ ਦੇਖੋ ਤੁਹਾਨੂੰ ਪਹਿਲਾਂ ਵੀ ਆ ਤੁਸੀਂ ਕਸਟਮਰ ਗੱਡੀ ਲੈ ਕੇ ਜਾ ਰਹੇ ਨੇ ਜਲਦੀ ਜਲਦੀ ਸ਼ਿਕਾਇਤ ਵਾਲਾ ਮੌਕਾ ਮਿਲਦਾ ਨਹੀਂ ਹੈਗਾ ਠੀਕ ਹੈ ਜੀ ਜੇ ਕੋਈ ਛੋਟੀ ਬੋਟੀ ਕੋਈ ਦਿੱਕਤ ਆਉਂਦੀ ਕਸਟਮਰ ਆਪਾਂ ਕਦੇ ਭੱਜੇ ਨਹੀਂ ਹੈਗੇ ਜੀ ਠੀਕ ਹੈ ਓਕੇ ਹੁੰਦਾ ਕਈ ਵਾਰ ਆਪਣੇ ਨਾਲ ਨਾ ਹਰ ਵਾਰ ਨਵੇਂ ਮਿੱਤਰ ਜੁੜਦੇ ਨੇ ਬਿਲਕੁਲ ਸਰ ਸਭ ਨੂੰ ਕਹਿਣ ਦੀ ਇੱਕ ਵਾਰ ਜ਼ਰੂਰ ਨਹੀਂ ਚਲੋ ਅੱਛੀ ਗੱਲ ਹੈ ਜੀ ਮੇਰੇ ਕੋਲ ਜਿਹੜਾ ਵੀ ਕਲਾਇੰਟ ਦੇਖੋ ਜੁੜੇ ਆ ਮੈਥੋਂ ਗੱਡੀ ਲੈ ਜਾਣ ਤੋਂ ਬਾਅਦ ਵੀ ਮੈਂ ਕਸਟਮਰ ਨਾਲ ਨਹੀਂ ਭੱਜਿਆ ਜੀ ਕਸਟਮਰ ਨੂੰ ਇਸ ਗੱਲ ਦਾ ਫੇਥ ਹੈ ਮੇਰੇ ਤੇ ਵੀ ਕ੍ਰਿਸ਼ਨਾ ਮੋਟਰ ਜੇ ਗੱਡੀ ਜਾ ਰਹੀ ਹੈ ਕਿ ਕੋਈ ਥੋੜੀ ਬੋਟੀ ਦਿੱਕਤ ਆਉਂਦੀ ਹੈ ਤਾਂ ਸਾਥ ਦਿੰਦੇ ਆ ਅਸੀਂ ਠੀਕ ਹੈ ਵੀਰੇ ਲੋ ਜੀ ਆ ਗਈ ਇਸ ਤੋਂ 50 ਨੰਬਰ ਦੀ 50 ਨੰਬਰ ਵੀ 10 ਨੰਬਰ 2012 B ਮਾਡਲ ਹੈ ਸਭ ਤੋਂ ਟਾਪ ਵਾਲਾ ਮਾਡਲ ਜਿਹਨੂੰ ਬੋਲਦੇ B ਮਾਡਲ ਦੀ ਅੱਜ ਕੱਲ ਵੈਸੇ ਇਨੋਵਾ ਦੀ ਦੁਬਾਰਾ ਡਿਮਾਂਡ ਹੋ ਗਈ ਜੀ ਕਾਫੀ ਰੇਂਜ ਜਾ ਰਹੀ ਹੈ ਜੀ ਮਾਰਕੀਟ ਰੇਟ ਦਾ 6 ਲੱਖ ਰੁਪਏ ਜਿਹੜਾ ਆਪਾਂ ਨੂੰ 5.5 ਲੱਖ ਵਿੱਚ ਦੇ ਰਹੇ ਹਾਂ ਜੀ ਠੀਕ ਹੈ ਵੀਰੇ ਓਨਰ ਕਿੰਨੇ ਮੇ ਰਹਿੰਦੀ ਕਾਰ ਓਨਰ ਦੇ ਵਿੱਚ ਸੈਕਿੰਡ ਥਰਡ ਜਿਹੜੀ 50 ਨੰਬਰ ਦੀ ਗੱਡੀਆਂ ਨੇ ਸੈਕਿੰਡ ਥਰਡ ਹੋ ਜਾਂਦੀ ਹੁੰਦੀਆਂ ਨੇ ਜੀ ਠੀਕ ਹੈ ਜਿਹੜੀ ਦਿੱਲੀ ਨੰਬਰ ਐਚ ਬਾਹਰ ਨੂੰ ਹੁੰਦੇ ਅਸੀਂ ਫਸਟ ਓਨਰ ਚੱਕ ਦੀ ਕੋਸ਼ਿਸ਼ ਕਰਦੇ ਹਾਂ ਜੀ ਓਕੇ ਜੀ ਇਹ ਸਰ 2012 ਮਾਡਲ BLX ਟਾਪ ਮਾਡਲ ਹੈ ਜੀ 3,90,000 ਰੁਪਏ ਤੁਹਾਨੂੰ ਗੱਡੀ ਦੇ ਰਹੇ ਹਾਂ ਜੀ ਇਹ ਸਕਾਰਪੀਓ ਓਰਿਜਨਲ ਨੰਬਰ ਦੀ ਹੈ ਜੀ ਪੰਜਾਬ ਅੱਛੀ ਗੱਡੀ ਕੰਡੀਸ਼ਨ ਗੱਡੀ ਚੱਲੀ ਹੋਈ ਹੈ ਜੀ ਠੀਕ ਹੈ ਵੀਰੇ ਇਹ ਅੱਜ ਕੱਲ ਬਲੈਕ ਸਕਾਰਪੀਓ ਜਿਹਦੀ ਬਲੈਕ ਮਤਲਬ ਬਲੈਕ ਦੀ ਬਲੈਕ ਚੱਲ ਰਹੀ ਹੈ ਬਲੈਕ ਪੈਂਥਰ ਤੇ ਇਹਦੀ ਬਲੈਕ ਚੱਲ ਰਹੀ ਹੈ ਬਲੈਕ ਚੱਲ
जे मजा भी लेना है तो स्कॉर्पियो लेनी है तो 10-11 च मजा जी, छोटे मॉडल तक लेके भी राजी नहीं है जी। ओके जी, ਮੋ ਮੁੜ ਕੇ ਕ੍ਰੇਟਾ ਦਾ ਦੀਵਾਨਾ ਜੀ ਫੈਨ ਹੈ। ਓਕੇ ਜੀ, ਲਓ ਜੀ ਟਾਈ ਜ਼ਰੂਰ ਲਓ ਇੱਕ ਵਾਰ ਆ ਕੇ ਤੁਸੀਂ ਲੈ ਕੇ ਜਾਓਗੇ। ਇਹਦੀ ਕੀ ਡਿਟੇਲ ਹੈ ਵੀਰੇ? ਇਹ ਜੀ ਯੂਕੇ, ਇਹ 16 ਮਾਡਲ ਆਟੋ ਗੇਅਰ ਦੀ ਹੈ ਜੀ। ਓਕੇ, ਕੌਮ ਮਾਡਲ ਦੀ ਤੇ ਕਿੰਨਾ ਰੇਟ ਹੈ ਜੀ? 9 ਤੋਂ 9.5 ਲੱਖ ਦੇ ਵਿੱਚ ਕਰ ਰਹੇ। 9 9.5 ਦੇ ਵਿੱਚ ਜੀ। ਠੀਕ ਹੈ ਜੀ, ਇਹ ਪੰਜਾਬ ਨੰਬਰ ਦੀ ਆ ਕੇ XX ਟੌਪ ਮਾਡਲ ਹੈ ਜੀ। ਠੀਕ ਹੈ ਜੀ, ਇਹ 2015 ਮਾਡਲ ਹੈ, ਇਹ 8.5 ਲੱਖ ਰੁਪਏ ਦੀ ਹੈ ਜੀ। 8 ਲੱਖ ਜੀ। ਜੇ ਇਹਦੀ ਇਹ XX70 ਇਹ 16 ਮਾਡਲ ਟੌਪ ਮਾਡਲ ਹੈ ਜੀ। ਠੀਕ ਹੈ, ਇਹ ਵੀ ਗੱਡੀ ਬਹੁਤ ਜ਼ਿਆਦਾ ਨਵੀਂ ਹੈ ਜੀ। ਇਹ 8,60,000 ਰੁਪਏ ਦੀ ਹੈ ਜੀ। ਠੀਕ ਹੈ ਵੀਰੇ ਜੀ, ਅੱਗੇ 15 ਮਾਡਲ ਆ ਗਏ, ਇਹ ਵੀ ਟੌਪ ਮਾਡਲ ਹੈ ਜੀ, ਇਹ 8 ਲੱਖ ਰੁਪਏ ਦੀ ਹੈ ਜੀ। ਠੀਕ ਹੈ, 15 ਮਾਡਲ। ਉਸ ਤੋਂ ਬਾਅਦ ਇਹ ਆ ਗਈ, ਇਹ ਵੀ ਟੌਪ ਮਾਡਲ 16 ਮਾਡਲ ਆਪਾਂ ਘਰ ਰੱਖੀ ਹੋਈ ਹੈ ਜੀ ਗੱਡੀ 50-72। ਠੀਕ ਹੈ, ਇਹ ਤੁਹਾਨੂੰ 8.5 ਦੇ ਦਵਾਂਗੇ। 8.5 ਦੇ ਵੀ ਦੰਨੋ ਸੀ ਜੀ। ਲਓ ਜੀ, ਆ ਗਈ ਇਸ ਤੋਂ ਬਾਅਦ ਵਰਨਾ। ਵਰਨਾ ਇਹਦੀ ਕੀ ਡਿਟੇਲ ਹੈ ਵੀਰੇ? ਵੀਰ ਜੀ, ਇਹ 3,75,000 ਵਿਦ ਐਨਓਸੀ 2012 ਮਾਡਲ, 40,000 ਦੇ ਟਾਇਰ ਲਾਏ ਆਪਾਂ ਖੁਦ ਪਾਏ ਹੋਏ ਆ। ਠੀਕ ਹੈ, ਨਵੇਂ ਨਵੇਂ ਜੀ, ਨਵੇਂ। ਲਓ ਜੀ, ਨਵੇਂ ਟਾਇਰ ਨੇ। ਠੀਕ ਹੈ ਜੀ, ਲਾਏ ਵਗੈਰਾ ਤੇ ਇਹ ਖੁੱਲੀ ਡੁੱਲੀ ਖੜੀ ਹੈਗੀ ਤੇ ਅੰਦਰੋਂ ਵੀ ਕੰਡੀਸ਼ਨ ਆਪਾਂ ਦੇਖ ਸਕਦੇ ਹਾਂ। ਬਹੁਤ ਅੱਛੀ ਕੰਡੀਸ਼ਨ ਦੀ ਗੱਡੀ ਹੈ, ਬਹੁਤ ਅੱਛੀ, ਅੰਦਰੋਂ ਵੀ ਪੂਰੀ ਸਾਫ ਸੁਥਰੀ ਕਾਰ ਹੈਗੀ। ਠੀਕ ਹੈ ਜੀ, 12 ਮਾਡਲ ਹੈਗੀ ਤੇ ਉਸ ਤੋਂ ਬਾਅਦ ਆ ਗਈ ਹੋਂਡਾ ਸਿਟੀ। ਹੋਂਡਾ ਸਿਟੀ ਸਰ ਫਸਟ ਓਨਰ ਹੈ ਜੀ, ਓਰਿਜਨਲ ਨੰਬਰ ਦੀ ਹੈ, ਲੱਖ ਦੇ ਅੰਦਰ ਚੱਲੀ ਹੋਈ ਹੈ ਜੀ। 2014 ਮਾਡਲ ਫਸਟ ਓਨਰ ਹੈ, 4.5 ਲੱਖ ਰੁਪਏ ਟਾਇਰ ਸਾਰੇ ਨਵੇਂ ਨੇ ਜੀ। ਟਾਇਰ ਬਿਲਕੁਲ ਨਵੇਂ। ਹਾਂਜੀ, ਠੀਕ ਹੈ ਵੀਰੇ। ਇਹ ਫੋਰਚੂਨਰ, ਇਹ ਵੀ ਆਪਣੀ ਜੀ? ਸਰ ਜੀ, ਫੋਰਚੂਨਰ ਆਪਣੀ ਹੈ ਜੀ। ਲਓ ਜੀ, ਆ ਗਈ ਇਹ, ਇਹ ਲੈਜੈਂਡਰ ਚ ਆ ਜਾਂਦੀ ਹੈ। ਲੈਜੈਂਡਰ ਆ, ਲੈਜੈਂਡਰ ਨਵੇਂ ਮਾਡਲ ਆ ਲਈ ਹੈ ਜੀ। ਉਹਨੇ ਟੈਪ 3 ਜੀ, 2016 17 55,000 ਚੱਲੀ ਵਿਦ ਗਰੰਟੀ ਨਾਲ। 55,000 ਚੱਲੀ ਵਿਦ ਗਰੰਟੀ ਨਾਲ। ਲਓ ਜੀ, ਇਹ ਕਾਰ ਮਿਲ ਨਹੀਂ ਰਹੀ। ਨਹੀਂ ਮਿਲ ਰਹੀ, ਇਹ ਕਾਰ ਬਹੁਤ ਘੱਟ ਮਿਲਦੀ ਹੈਗੀ ਤੇ ਡਿਟੇਲ ਇਹਦੀ ਵੀਰੇ ਹੋਰ। ਵੈਸੇ ਅਸੀਂ 26.5 ਦੇ ਰਹੇ ਹਾਂ ਜੀ। ਠੀਕ ਹੈ ਜੀ, ਜਿਵੇਂ ਤੁਸੀਂ ਤੁਹਾਡੇ ਚੈਨਲ ਥਰੂ ਕਿਸੇ ਵੀ ਕਸਟਮਰਾਂ ਨੂੰ 25.5 ਲੱਖ ਰੁਪਏ ਦੀ ਹੈ ਜੀ, ਜਦੋਂ ਦਿਖਾ ਦੂਗਾ ਵੀ ਮੈਂ ਚੈਨਲ ਥਰੂ ਆਇਆ। ਠੀਕ ਹੈ ਜੀ, ਨਹੀਂ ਮਾਰਕੀਟ ਡਿਮਾਂਡ 26.5 ਲੱਖ ਦੀ ਹੈ ਜੀ। ਠੀਕ ਹੈ ਜੀ, ਲਓ ਜੀ 25.5 ਲੱਖ ਰੁਪਏ ਦੀ। ਹਾਂਜੀ, ਤੁਹਾਡੇ ਚੈਨਲ ਥਰੂ ਜਿਹੜਾ ਵੀ ਦੱਸ ਦੂਗਾ ਵੀ ਮੈਂ ਉੱਥੋਂ ਆਇਆ ਹੂੰ, ਡਿਮਾਂਡ 26.5 ਦੀ ਹੋਊਗੀ ਰੇਗ ਨੂੰ ਜੀ। ਠੀਕ ਹੈ ਜੀ, ਜਿਹੜਾ ਦੱਸ ਦੂ ਵੀ ਉੱਥੋਂ ਆਇਆ ਤਾਂ 25.5 ਲੱਖ ਵਿੱਚ ਬਿਨਾਂ ਕਹੇ ਉਹਨੂੰ 25.5 ਲੱਖ ਰੁਪਏ। ਠੀਕ ਹੈ ਵੀਰੇ, ਤੇ ਆਪਾਂ ਉਧਰੋਂ ਦਿਖਾ ਦਈਏ ਹੁਣ ਨਹੀਂ। ਇਹਦੀ ਕੀ ਡਿਟੇਲ ਹੈ? ਇਹ ਵੀਰ ਜੀ ਟੋਸ ਹੈ ਜੀ, ਇਹ ਵੀ ਓਰਿਜਨਲ ਨੰਬਰ ਦੀ ਹੈ, 2014 ਮਾਡਲ, ਇਹ 3,90,000 ਰੁਪਏ ਦੀ ਹੈ। 3,90,000, ਹਾਂਜੀ। ਅੱਗੇ 13 ਮਾਡਲ ਆਟੋ ਵਰਨਾ ਆ ਗਈ, ਇਹ 4.5 ਲੱਖ ਰੁਪਏ ਦੀ ਹੈ ਜੀ। ਠੀਕ ਹੈ ਜੀ, ਅੱਗੇ ਆ ਗਈ ਸਿਆਜ ਜੀ, 2015 ਮਾਡਲ। ਸਿਆਜ ਵੀ ਬ੍ਰਦਰ ਐਸੀ ਗੱਡੀ ਹੈ ਜੀ, 20 ਮਾਡਲ ਚਲਾ ਲਈ, ਇਹ ਚਲਾ ਲਈ। ਠੀਕ ਹੈ, ਇੱਕ ਬਰਾਬਰ ਹੈ ਜੀ। ਓਕੇ, ਮਾਰਕੀਟ ਤੁਹਾਨੂੰ 5 ਲੱਖ ਦੀ ਵੀ ਮਿਲ ਜੂਗੀ। ਠੀਕ ਹੈ ਜੀ, ਇਹ ਗੱਡੀ ਵੈਸੇ 5.5 ਲੱਖ ਰੁਪਏ ਦੀ ਹੈ ਜੀ, 5.5 ਲੱਖ ਵੀ ਤਾਂ ਮਹਿੰਗੀ ਨਹੀਂ ਹੈਗੀ। ਜਿਹਨੇ ਇੱਕ ਵਾਰੀ ਟੈਸਟ ਡਰਾਈਵ ਲੈ ਲਈ ਜੀ, ਉਹ ਗੱਡੀ ਕਹੂਗਾ ਵੀ ਬਸ ਲੈ ਕੇ ਇਹੀ ਜਾਣੀ, ਗੱਡੀ ਹੋਰ ਕੋਈ ਲੈਣੀ ਨਹੀਂ ਹੈਗੀ। ਠੀਕ ਹੈ, ਇੰਨਾ ਕੰਫੀਡੈਂਸ ਹੈ ਇਸ ਗੱਡੀ ਦੇ। ਲਓ ਜੀ, ਪੂਰੀ ਵਧੀਆ ਕਾਰ ਹੈ ਨਾਲੇ, ਨਹੀਂ ਉਸ ਤੋਂ ਬਾਅਦ ਸਰ ਆ ਗਈ ਟੋਸ ਲੀਵਾ ਜੀ। ਟੋਸ ਲੀਵਾ, ਇਹ 13 ਮਾਡਲ ਬਹੁਤ ਅੱਛੀ ਕੰਡੀਸ਼ਨ 'ਚ ਗੱਡੀ ਹੈ ਜੀ, ਇਹਦੇ 'ਚ ਵੀ 35,000 ਰੁਪਏ ਟਾਇਰ ਲਾਏ ਆਪਾਂ ਖੁਦ ਪਾਏ ਹੋਏ ਆ ਜੀ। ਠੀਕ ਹੈ ਵੀਰੇ, ਇਹ ਤੁਹਾਨੂੰ ਦਵਾਂਗੇ ਵਿਦ ਐਨਓਸੀ 3 ਲੱਖ ਰੁਪਏ ਦੀ ਜੀ, ਮਾਰਕੀਟ ਰੇਟ 3,35 ਦਾ ਜੀ ਇਸ ਵੇਲੇ। ਠੀਕ ਹੈ ਵੀਰੇ, ਤੇ ਉਸ ਤੋਂ ਬਾਅਦ ਵੀ ਜੀ ਆ ਗਈ 2014 ਮਾਡਲ ਸਵਿਫਟ। ਹਾਂਜੀ, ਮਾਰਕੀਟ ਰੇਟ 3,75,000 ਦਾ, ਤੁਹਾਨੂੰ ਦਵਾਂਗੇ 3.5 ਲੱਖ ਰੁਪਏ ਦੀ। ਚੈਨਲ ਦੇ ਤੋਂ 3.5 ਲੱਖ, ਸਿਰਫ 3.5 ਲੱਖ ਰੁਪਏ ਸਵਿਫਟ। ਕਿੰਨਾ ਮਾਡਲ ਸੀ? 2014 ਵੀਡੀਆਈ, ਅੱਛੀ ਕੰਡੀਸ਼ਨ। 3.5 ਲੱਖ ਜੀ। ਲਓ ਜੀ, 3.5 ਲੱਖ ਰੁਪਏ। ਠੀਕ ਹੈ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਪੂਰੀ ਵਧੀਆ। ਉਸ ਤੋਂ ਬਾਅਦ ਸਰ ਗ੍ਰੀਨ ਸੀਐਨਜੀ ਡੀਆਰ ਆ ਗਈ ਜੀ, 19 ਮਾਡਲ, ਫਸਟ ਫੁੱਲ ਬੀਮਾ ਜੀ ਦਾ, ਅੱਛੀ ਕੰਡੀਸ਼ਨ, ਫਸਟ ਓਨਰ ਜੀ। ਓਕੇ ਜੀ, 2019 ਰਜਿਸਟਰਡ ਉਹ ਹੈ ਜੀ, ਗ੍ਰੀਨ ਸੀਐਨਜੀ ਹੈ ਜੀ। ਹਾਂਜੀ, ਮਾਰਕੀਟ ਰੇਟ ਦਾ 5.96 ਲੱਖ ਰੁਪਏ, ਤੁਹਾਨੂੰ 5.5 ਲੱਖ ਰੁਪਏ ਦੀ ਹੈ ਜੀ। ਠੀਕ ਹੈ ਵੀਰੇ, ਇਹ 2019 ਮਾਡਲ ਸੀ ਜੀ, ਗ੍ਰੀਨ ਸੀਐਨਜੀ। ਹਾਂਜੀ, ਉਸ ਤੋਂ ਬਾਅਦ ਫਿਰ ਜੀ ਆ ਗਈ ਸਵਿਫਟ 2012 ਮਾਡਲ ਜੀ। ਓਕੇ ਜੀ, ਇਹ ਵਿਦ ਪੰਜਾਬ ਨੰਬਰ ਜੀ 3 ਲੱਖ ਰੁਪਏ ਦੀ ਹੈ ਜੀ। 3 ਲੱਖ। ਅਗਲੀ ਕਾਰ ਵੀਰੇ? ਅਗਲੀ 17 ਮਾਡਲ ਡੀਆਰ ਜੀ। ਠੀਕ ਹੈ ਜੀ, ਨਵੀਂ ਸ਼ੇਪ ਟੈਪ 2 ਜੀ, ਇਹ 5 ਲੱਖ ਰੁਪਏ ਦੀ 17 ਮਾਡਲ, ਪੰਜਾਬ ਨੰਬਰ ਜੀ। 5 ਲੱਖ ਚ ਜੀ 17 ਮਾਡਲ। 17 ਮਾਡਲ, ਅਗਲੀ ਆ ਗਈ i20। i20 ਵੀਰ ਜੀ 17 ਮਾਡਲ ਸਪੋਰਟਸ, ਇਹਦੇ ਵੀ 40-45,000 ਟਾਇਰ ਲਾਏ ਆਪਾਂ ਖੁਦ ਲਾਏ ਹੋਏ ਆ ਜੀ। ਠੀਕ ਹੈ ਜੀ, ਮਾਰਕੀਟ ਰੇਟ ਦਾ 6.5 ਲੱਖ ਰੁਪਏ ਦਾ, ਤੁਹਾਡੇ ਚੈਨਲ ਥਰੂ ਇਹ 6 ਲੱਖ ਰੁਪਏ ਦੀ ਹੈ। ਠੀਕ ਹੈ ਵੀਰੇ, ਉਸ ਤੋਂ ਬਾਅਦ ਆ ਗਈ ਬਰੀਜ਼ਾ ਜੀ। ਬਰੀਜ਼ਾ 2017 ਮਾਡਲ ਜੀ। ਠੀਕ ਹੈ ਜੀ, ਮਾਰਕੀਟ ਰੇਟ ਇਹਦਾ ਵੀ 6.97 ਲੱਖ ਰੁਪਏ ਵਾਂਗੂ ਮੰਗਦੇ ਆ ਜੀ, ਤੁਹਾਨੂੰ 6.5 ਲੱਖ ਦੀ ਵਿਦਨ ਹੋ ਸੀ ਜੀ। ਠੀਕ ਹੈ ਵੀਰੇ, ਉਸ ਤੋਂ ਬਾਅਦ ਆ ਗਈ 14-15 ਮਾਡਲ i20 ਜੀ। ਠੀਕ ਹੈ ਜੀ, ਇਹ 4,75,000 ਦੀ ਵਿਦਨ ਹੋ ਸੀ। ਠੀਕ ਹੈ ਵੀਰੇ, ਅੰਦਰ ਆ ਗਈ 2013 ਮਾਡਲ ਲੀਵਾ ਜੀ, ਇਹ ਦਿੱਲੀ ਨੰਬਰ ਹੈ ਜੀ, ਇਹ ਐਨਓਸੀ ਨਾਲ 3 ਲੱਖ ਰੁਪਏ ਦੀ ਹੈ ਜੀ। ਠੀਕ ਹੈ ਵੀਰੇ, ਉਸ ਤੋਂ ਬਾਅਦ ਆ ਗਈ ਸਰ ਅੰਦਰ ਜੀ ਹੋਂਡਾ ਸਿਟੀ ਟੌਪ ਮਾਡਲ, ਸਨਰੂਫ ਵਾਲੀ, 14 ਮਾਡਲ ਜੀ। ਠੀਕ ਹੈ ਵੀਰੇ, ਛੋਟਾ ਨੰਬਰ ਹੈ ਜੀ ਇਹਦਾ, ਗੱਡੀ ਦਾ ਨੰਬਰ ਉੱਤਰ ਕੇ ਮਿਲੂਗੀ ਜੀ, ਇਹ 4,90,000 ਰੁਪਏ ਦੀ ਹੈ। ਓਕੇ ਜੀ, ਉਸ ਤੋਂ ਬਾਅਦ ਆ ਗਈ ਗ੍ਰੀਨ ਸੀਐਨਜੀ ਸਲੈਰੀਓ। ਠੀਕ ਹੈ ਜੀ, ਸਭ ਤੋਂ ਲਾਸਟ ਖੜੀ ਹੈ ਜੀ, ਅੱਜ ਕੱਲ੍ਹ ਬਹੁਤ ਫੇਵਰੇਟ ਲੋਕਾਂ ਦੀ ਹੁੰਦੀ ਜਾ ਰਹੀ ਹੈ ਜੀ, ਗ੍ਰੀਨ ਸੀਐਨਜੀ ਹੈ, 19 ਮਾਡਲ ਹੈ ਜੀ ਇਹ ਗੱਡੀ, ਵਿਦ ਨੰਬਰ 4,65,000 ਰੁਪਏ ਦੀ, ਐਨਓਸੀ ਦੇ ਨਾਲ 4,10,000 ਰੁਪਏ ਦੀ ਜੀ।
ਤੇ ਲਓ ਜੀ ਦੋਸਤੋ ਇੰਨੀਆਂ ਸਾਰੀਆਂ ਤੁਹਾਨੂੰ ਕਾਰਾਂ ਦਿਖਾਤੀ ਆਪਾਂ ਬਹੁਤ ਥੋੜੇ ਸਮੇਂ ਦੇ ਵਿੱਚ ਤੇ ਬਾਕੀ ਫੁੱਲ ਇਨਕੁਆਇਰੀ ਲੈਣ ਦੇ ਲਈ ਤੁਸੀਂ ਇੱਕ ਵਾਰ ਜਦਾ ਵਿਜ਼ਿਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਫੋਟੋਆਂ ਡਿਟੇਲ ਬਾਕੀ ਮੰਗਵਾ ਸਕਦੇ ਹੋ ਨਾ ਵੀਰੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਤੇ ਬਾਕੀ ਬਾਈ ਹੋਰ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਜਦੋਂ ਵੀ ਕੋਈ ਮਿੱਤਰ ਆਇਆ ਜੀ ਉਹਨਾਂ ਠੀਕ ਹੈ ਜੀ ਜਿਹੜਾ ਸਪੈਸ਼ਲ ਰਿਗਾਰਡ ਜ਼ਰੂਰ ਕਰ ਦਿਓ ਦੀਵਾਲੀ ਦੇ ਜੀ ਵੀਰੇ ਮੈਂ ਤਾਂ ਹਰੇਕ ਕਸਟਮਰ ਨੂੰ ਕਹਿਣਾ ਜੀ ਹਰੇਕ ਕਸਟਮਰ ਨੂੰ ਐਸ ਕੇ ਥੋੜਾ ਵੱਧ ਕਰ ਦਿਓ ਵੱਧ ਕਰ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਸੌਦਾ ਹੋਣ ਤੋਂ ਬਾਅਦ ਵੀ ਵੱਧ ਕਰ ਦਾਂਗੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਲਓ ਜੀ ਦੋਸਤੋ ਠੀਕ ਹੈ ਜੀ ਇੰਨੀਆਂ ਕਾਰਾਂ ਤੁਹਾਨੂੰ ਦਿਖਾਤੀਆਂ ਕੋਈ ਵੀ ਕਾਰ ਤੁਹਾਨੂੰ ਮਾੜੀ ਜੀ ਵਧੀਆ ਲੱਗੀ ਤੁਸੀਂ ਬਾਈ ਹੋਰ ਨੂੰ ਕਾਲ ਕਰੋ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਠੀਕ ਹੈ ਜੀ ਬਾਕੀ ਬਾਈ ਹੋਰ ਦਾ ਸੁਭਾਅ ਵੀ ਬਹੁਤ ਵਧੀਆ ਕੰਮ ਵੀ ਬਹੁਤ ਵਧੀਆ ਤੇ ਕਾਰਾਂ ਵੀ ਬਹੁਤ ਵਧੀਆ ਹਰੇਕ ਪਾਸੋਂ ਸਾਰਾ ਕੁਝ ਵਧੀਆ ਹੈ ਕਸਟਮਰ ਇੱਕੋ ਹੋਇਆ ਜੀ ਮੇਰੇ ਕੋਈ ਕੋਈ ਵਿਜ਼ਿਟ ਕਰੋ ਹਾਂਜੀ ਸੈਟੀਸਫਾਈਡ ਹੋਵੋਗੇ ਮੇਰੇ ਇੱਕ ਕਸਟਮਰ ਮੈਂ ਹਮੇਸ਼ਾ ਕਸਟਮਰ ਨੂੰ ਕਹਿੰਦਾ ਵੀ ਇਕੱਲਾ ਗੱਡੀ ਵੇਚਣਾ ਮਕਸਦ ਨਹੀਂ ਹੈਗਾ ਕਿਉਂਕਿ ਕਸਟਮਰ ਆਉਂਦੇ ਆ ਉਹਨੂੰ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਹੈ ਜੀ ਸਹੀ ਗੱਲ ਹੈ ਜੀ ਤੁਸੀਂ ਗੱਡੀ ਦਾ ਦੇਖੋ ਤੁਸੀਂ ਰੋਜ਼ ਵੇਚਦੇ ਹੋ ਮੇਰੀ ਸੋਚ ਕੀ ਰਹਿੰਦੀ ਹੈ ਵੀ ਟਾਈਮ ਵਨ ਟਾਈਮ ਗੱਡੀ ਨਹੀਂ ਵੇਚਣੀ ਮੈਨੇ ਮੈਂ ਕਸਟਮਰ ਨੂੰ ਸੈਟੀਸਫਾਈ ਕਰਕੇ ਭੇਜਣਾ ਉਹਦੇ ਚਾਰ ਮਿੱਤਰ ਚਾਰ ਰਿਸ਼ਤੇਦਾਰ ਮੇਰੇ ਕੋਲ ਤਾਂ ਹੀ ਆਣਗੇ ਜੋ ਸੈਟੀਸਫਾਈਡ ਹੋ ਕੇ ਜਾਣਗੇ ਠੀਕ ਹੈ ਜੀ ਮੇਰੀ ਇਹ ਗੱਲ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਮੈਂ ਵੀਰ ਜੀ ਮੇਰਾ ਇਹ ਦੁਕਾਨਦਾਰੀ ਦਾ ਤਰੀਕਾ ਜੀ ਜੋ ਮੇਰੇ ਮਾਪੇ ਨੇ ਮੈਨੂੰ ਸਿਖਾਇਆ ਹੋਇਆ ਹੈ ਠੀਕ ਹੈ ਜੀ ਵੀ ਕਸਟਮਰ ਸੈਟੀਸਫਾਈਡ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਕੀ ਹੈ ਸਾਡੇ ਤਕਰੀਬਨ ਕੀ ਕਰਦੇ ਆ ਵੀ ਗੱਡੀ ਵਿਕੀ ਤੂੰ ਆਪਣੇ ਆਪ ਕਰਾ ਕਸਟਮਰ ਦੀ ਸਾਨੂੰ ਸੁਣਨੀ ਪੈਂਦੀ ਹੈ ਜੇ ਅਸੀਂ ਕਸਟਮਰ ਦੀ ਸੁਣਦੇ ਹਾਂ ਉਹਨੂੰ ਕੀ ਤਕਲੀਫ ਹੈ ਕੀ ਉਹ ਹੈ ਉਹਦਾ ਬਹਿ ਕੇ ਅਡਜਸਟਮੈਂਟ ਕਰਕੇ ਉਹਦਾ ਕੰਮ ਕਰਾਉਂਦੇ ਹਾਂ ਜਿਹੜਾ ਕੋਈ ਛੋਟੇ ਮੋਟੇ ਦੇਖੋ ਪੁਰਾਣੀ ਗੱਡੀ ਹੈ ਜੀ ਕੋਈ ਕੋਈ ਕੰਮ ਨਿਕਲਦਾ ਹੀ ਨਿਕਲਦਾ ਉਹਦੇ ਨਾਲ ਕਸਟਮਰ ਨੂੰ ਸੈਟੀਸਫਾਈ ਕਰਕੇ ਤੋਦੇ ਤਾਂ ਅਸੀਂ ਕਸਟਮਰ ਵਾਰ ਵਾਰ ਆਉਣਾ ਵਾਰ ਠੀਕ ਹੈ ਲੋ ਜੀ ਇਹ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਕਸਟਮਰ ਹੋਣਗੇ ਸਾਡੇ ਭਰਾ ਨੇ ਬਿਲਕੁਲ ਬਿਲਕੁਲ ਸਾਡੇ ਮੇਰੇ ਭਰਾ ਨੇ ਜੀ ਹਾਂਜੀ ਤੇ ਬਾਕੀ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਤੇ ਨਵੀਂ ਨਵੀਂ ਵੀਡੀਓ ਦੇਖਣ ਵਾਸਤੇ ਆਪਣਾ ਕ੍ਰਿਸ਼ਨਾ ਮੋਟਰ ਦੇ ਉੱਪਰ ਜ਼ਰੂਰ ਇੱਕ ਵਾਰ ਵਿਜ਼ਿਟ ਕਰੋ ਤੁਹਾਨੂੰ ਹੋਰ ਬਹੁਤ ਕਾਰਾਂ ਦਿਖਾਵਾਂਗੇ ਮਿਲਾਂਗੇ ਅਗਲੀ ਵੀਡੀਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਠੀਕ ਹੈ ਬਾਈ